ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਸਾਰਿਆਂ ਦੇ। ਸੋ ਭਾਈ ਅੱਜ ਚੱਲੇ ਹਾਂ ਫਾਈਨਲੀ ਅਸੀਂ ਸਾਰੇ ਜਣੇ ਰਲ ਕੇ ਨਾਇਗਰਾ ਫਾਲ, ਅਤੇ ਮੰਮੀ ਇੱਧਰੋਂ ਆ ਦੇਖੋ ਤਿਆਰ ਹੋ ਗਿਆ ਜੀ। ਕਹਿੰਦੇ ਇੱਧਰ ਸਾਡਾ ਭਰਾ ਰਾਜਾ ਵੀ ਆ ਗਿਆ, ਅਤੇ ਅਸੀਂ ਲੈ ਕੇ ਚੱਲੇ ਹਾਂ ਭਾਈ ਦੋ ਗੱਡੀਆਂ, ਬਾਕੀ ਸਾਰੇ ਤਿਆਰ ਹੋ ਗਏ। ਕਰਨ ਉੱਧਰ ਦੂਸਰੀ ਗੱਡੀ 'ਚ ਬੈਠਾ, ਅਤੇ ਇੱਧਰ ਮੈਂ ਵੀ ਗੱਡੀ ਸਟਾਰਟ ਕਰਨ ਲੱਗਾ, ਅਤੇ ਇੱਧਰ ਅਸੀਂ ਇੱਕ ਹੋਰ ਲੈ ਕੇ ਚੱਲੇ ਹਾਂ, ਉਹ ਖੜੀ ਜਿਹੜੀ ਆਪਣੀ ਇਹ ਰਾਜੇ ਵਾਲੀ ਚਾਰਜਰ ਆ। ਸੋ ਦੋ ਗੱਡੀਆਂ ਆਉਣੀਆਂ, 6 ਜਣੇ ਆ, 3 ਇੱਕ 'ਚ ਬਹਿ ਜਾਣਗੇ। ਕਿੰਨੇ? 6 ਹਾਂ, 4 ਇੱਕ 'ਚ ਬਹਿ ਜਾਣਗੇ ਜਾਂ 3-3 ਕਰਕੇ ਕਿਵੇਂ ਵੀ, ਅਤੇ ਵਧੀਆ ਤਰੀਕੇ ਨਾਲ ਚੱਲਾਂਗੇ। ਅਤੇ 2.5 ਘੰਟੇ ਲੱਗ ਰਹੇ ਆ, ਸੋਰੀ 2 ਘੰਟੇ ਲੱਗ ਰਹੇ ਆ ਜਾਣ 'ਤੇ, ਕਿਉਂਕਿ ਟ੍ਰੈਫਿਕ ਆ ਰਸਤੇ 'ਚ। ਪਰ ਆਪਾਂ ਲਵਾਂਗੇ 407 ਇੱਥੇ ਹੁੰਦਾ ਟੋਲ ਰੋਡ, ਟੋਲ ਰੋਡ ਦੇ ਵਿੱਚ ਕਹਿ ਲਓ ਕਿ ਆਪਾਂ ਨੂੰ ਟੋਲ ਪੈਂਦਾ ਹੈ ਜਿਵੇਂ ਇੰਡੀਆ 'ਚ ਹੁੰਦਾ ਉੱਦਾਂ ਦਾ। ਪਰ ਇੱਥੇ ਕੀ ਟੋਲ ਰੋਡ ਦੇ ਵਿੱਚ ਪਰਚੀ ਨਹੀਂ ਕਟਾਉਣੀ ਪੈਂਦੀ, ਉਹ ਟਰਾਂਸਪੋਂਡਰ ਹੁੰਦਾ ਇੱਕ, ਅਤੇ ਟਰਾਂਸਪੋਂਡਰ ਹੀ ਜਿਹੜਾ ਆ ਉਹ ਆਟੋਮੈਟਿਕਲੀ ਜਦੋਂ ਆਪਾਂ ਗੱਡੀ 'ਤੇ ਚੜ੍ਹਦੇ ਹਾਂ, ਉੱਥੇ ਸੋਰੀ ਸੜਕ 'ਤੇ ਚੜ੍ਹਦੇ ਹਾਂ, ਅਤੇ ਉਹ ਚੱਕ ਲੈਂਦਾ ਆਪਣੀ ਗੱਡੀ ਦਾ ਨੰਬਰ, ਅਤੇ ਜਦੋਂ ਆਪਾਂ ਉਤਰਦੇ ਹਾਂ ਉਦੋਂ ਉਹਨੇ ਦੇਖ ਲੈਣਾ ਵੀ 1 ਕਿਲੋਮੀਟਰ ਨਾਲ ਚੱਲੀ, ਉਹਨਾਂ ਉਹਨੇ ਬਿੱਲ ਘਰੇ ਭੇਜ ਦੇਣਾ, ਜੇ ਘਰੇ ਨਹੀਂ ਤਾਂ ਔਨਲਾਈਨ ਬਿੱਲ ਆ ਜਾਂਦਾ ਮਤਲਬ। ਅਤੇ ਹੁਣ ਬਸ ਚੱਲੀਏ ਘਰੋਂ ਇੱਧਰੋਂ, ਅਤੇ 1.5 ਘੰਟਾ ਲੱਗ ਰਿਹਾ ਸਾਨੂੰ ਪਹੁੰਚਣ 'ਤੇ। ਰਸਤੇ 'ਚ ਦੇਖਦੇ ਹਾਂ ਜੇ ਕਿਤੇ ਰੁਕੇ ਤਾਂ ਠੀਕ ਆ, ਨਹੀਂ ਤਾਂ ਤੁਹਾਨੂੰ ਉੱਥੇ ਹੀ ਮਿਲਦੇ ਹਾਂ। ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇਗਾ ਅਤੇ ਇੱਕ ਵਲੌਗ ਘੈਂਟ ਹੋਣ ਵਾਲਾ ਹੈ। ਸੋ ਆਹ ਹੁੰਦਾ ਜੀ ਟਰਾਂਸਪੋਂਡਰ ਆ ਲਿਖਿਆ, 407 ETR। ਵੈਸੇ ਇਹ ਇੱਥੇ ਲਾ ਲੈਂਦੇ ਜਾਂ ਫਿਰ ਇੱਥੇ ਰੱਖ ਲੈਂਦੇ ਆ, ਤਾਂ ਕਿ ਜਦੋਂ ਆਪਾਂ ਹਾਈਵੇ 'ਤੇ ਚੜ੍ਹੀਏ ਤਾਂ ਆਟੋਮੈਟਿਕਲੀ ਇਹ ਸਕੈਨ ਹੋ ਜਾਂਦਾ। ਪਰ ਆਪਾਂ ਇੱਧਰ ਗੱਡੀ ਟਿੰਟ ਕਰਾਈ ਸੀ ਇੱਥੇ ਫਰੰਟ ਸ਼ੀਟ ਸ਼ੀਲਡ ਵੀ, ਅਤੇ ਉਹਦੇ ਕਰਕੇ ਉਹਨਾਂ ਨੇ ਲਾ ਕੇ ਰੱਖਤਾ, ਉਹ ਤੋਂ ਬਾਅਦ ਲਾਇਆ ਹੀ ਨਹੀਂ, ਕਿਉਂਕਿ ਇਹਦੀਆਂ ਜਿਹੜੀਆਂ ਹੁੰਦੀਆਂ ਕੀ ਉਹਨੂੰ ਕਹਿੰਦੇ ਆ ਟੇਪ ਜੀ, ਇਹ ਉੱਥੇ ਉੱਤਰ ਗਈ ਸੀ। ਅਤੇ ਇਹਨੂੰ ਹੁਣ ਮੈਂ ਕੀ ਕਰਨਾ, ਜਦੋਂ ਆਪਾਂ ਹਾਈਵੇ 'ਤੇ ਚੜ੍ਹਾਂਗੇ 407 'ਤੇ, ਉਦੋਂ ਇਹਨੂੰ ਇੱਥੇ ਰੱਖ ਦਾਂਗੇ। ਜਦੋਂ ਉਤਰਾਂਗੇ ਉਦੋਂ ਇਹਨੇ ਆਪਣੇ ਆਪ ਹੀ ਡਿਟੈਕਟ ਕਰ ਲੈਣਾ ਕਿ ਭਾਈ ਇਹ ਉਤਰ ਗਿਆ, ਅਤੇ ਇਹਦਾ ਬਿੱਲ ਹੈ ਜਿਹੜਾ ਉਹ ਮੇਰੇ ਅਕਾਊਂਟ ਦੇ ਵਿੱਚ ਸਿੱਧਾ ਹੀ ਆ ਜਾਂਦਾ, ਲਾਈਕ ਮਹੀਨੇ ਦੇ ਮਹੀਨੇ ਕੱਟੇ ਜਾਂਦੇ ਆ। ਸੋ ਲਓ ਭਾਈ ਪਹੁੰਚ ਗਿਆ ਨਾਇਗਰਾ ਫਾਲ, ਅਤੇ ਭੀੜ ਕਾਫੀ ਹੈਗੀ ਆ, ਅਤੇ ਪਾਰਕਿੰਗ ਅਸੀਂ ਮਸਾਂ ਹੀ ਲੱਭੀ, ਅਤੇ ਸਾਨੂੰ ਭਾਈ ਲੱਗੇ ਪਾਰਕਿੰਗ ਦੇ $35 $35 ਦੀ ਪਾਰਕਿੰਗ ਆ, ਅਤੇ ਫਾਲਸ ਦੇ ਚਲੋ ਜਮਾਂ ਸਾਹਮਣੇ ਆ, ਜਿਵੇਂ ਆਹ ਦੇਖੋ ਇੱਧਰ ਫਾਲਸ ਆ, ਅਤੇ ਨਾਲ ਹੀ ਸਾਨੂੰ ਪਾਰਕਿੰਗ ਮਿਲ ਗਈ। ਐਂਡ ਹੁਣ ਚੱਲਦੇ ਹਾਂ ਉੱਧਰ ਫਾਲਸ ਦੇਖਦੇ ਹਾਂ। ਜਿਹੜੀ ਦੂਜੀ ਗੱਡੀ ਆ ਡੈਡੀ ਹੋਣੀ, ਉਹ ਕਾਫੀ ਟਾਈਮ ਪਹਿਲਾਂ ਆ ਗਏ ਸੀ, ਉਹ ਤਾਂ ਉੱਧਰ ਫਾਲਸ ਵਾਲੀ ਸਾਈਡ ਖੜ੍ਹੇ ਹੋਇਆ ਸੀ। ਉੱਧਰ ਜਿਹੜਾ ਬ੍ਰਿਜ ਹੈ, ਬ੍ਰਿਜ ਜਾਂਦਾ ਨਾ ਉੱਧਰ USA ਨੂੰ, ਅਸੀਂ ਉੱਧਰ ਫਸ ਗਏ ਸੀ ਥੋੜ੍ਹਾ ਜਿਹਾ। ਚਲੋ ਕੋਈ ਨਾ, ਦੇਰ ਆਏ ਦਰੁਸਤ ਆਏ, ਹੁਣ ਇੱਧਰੋਂ ਨਿਕਲਦੇ ਹਾਂ ਅਤੇ ਚੱਲਦੇ ਹਾਂ, ਨਾਲੇ ਤੁਹਾਨੂੰ ਵੀ ਦਿਖਾਉਂਦੇ ਹਾਂ ਫਾਲਸ। ਸੋ ਭਾਈ ਪਹਿਲਾਂ ਤਾਂ ਜਗ੍ਹਾ ਨਹੀਂ ਸੀ ਮਿਲ ਰਹੀ ਕਿਉਂਕਿ ਭੀੜ ਕਾਫੀ ਜ਼ਿਆਦਾ ਆ, ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਆ, ਅੱਜ ਕਾਫੀ ਜ਼ਿਆਦਾ ਜਨਤਾ ਆਈ ਹੋਈ ਹੈ ਨਾ, ਉਹ ਅੱਗੇ ਤੱਕ ਦੇਖ। ਫਿਰ ਬਸ ਜਿਵੇਂ ਹੁੰਦਾ ਵੀ ਇੱਕ ਜਗ੍ਹਾ 'ਤੇ ਖੜ੍ਹ ਜਾਓ, ਹੌਲੀ ਹੌਲੀ ਕਰਕੇ ਆਪੇ ਜਗ੍ਹਾ ਬਣਦੀ ਜਾਂਦੀ ਆ, ਉੱਦਾਂ ਹੀ ਭਾਈ ਇਹਨਾਂ ਨੇ ਵੀ ਜਗ੍ਹਾ ਬਣਾ ਲਈ। ਇੱਧਰ ਫਾਲ ਦਾ ਹੁਣ ਵਿਊ ਦੇਖ ਰਹੇ ਆ, ਉਹਨੂੰ ਵੀ ਪਹਿਲੀ ਵਾਰੀ ਮੰਮੀ ਅਤੇ ਡੈਡੀ ਹੈ ਨਾ, ਅਤੇ ਘੈਂਟ ਆ ਮਾਹੌਲ, ਵਧੀਆ ਮੌਸਮ ਵੀ ਬੜਾ ਸੋਹਣਾ ਅੱਜ ਕਰਕੇ। ਜਲਦਬਾਜ਼ੀ ਦੇ ਵਿੱਚ ਅੱਜ ਮੈਂ ਮਾਈਕ ਲਿਆਉਣਾ ਭੁੱਲ ਗਿਆ, ਸੋ ਤੁਹਾਨੂੰ ਭਾਈ ਇੱਦਾਂ ਹੀ ਸਾਰਨਾ ਪਏਗਾ। ਅੱਜ ਮਾਈਕ ਨਹੀਂ ਹੈਗਾ, ਸੋ ਬੈਕਗਰਾਊਂਡ ਨੋਇਸ ਜਿੰਨੀ ਚੱਕੀ ਜਾਊਗੀ ਉਨੀ ਕੁ ਚੱਕਾਂਗੇ, ਅਤੇ ਬਾਕੀ ਆਊਗੀ ਜ਼ਰੂਰ, ਇੰਨਾ ਕੁ ਮੈਨੂੰ ਪਤਾ ਆ। ਸੋ ਭਾਈ ਇੱਕ ਫਾਲ ਆਹ ਵਾਲਾ ਹੈਗਾ ਹੈ ਨਾ, ਜਿਹੜਾ ਤੁਹਾਨੂੰ ਦੇਖਦਾ, ਮਤਲਬ 2 ਫਾਲ ਬਣ ਜਾਂਦੇ, ਇੱਕ ਇੱਧਰੋਂ ਜਿਹੜਾ USA ਦਾ ਆ, ਆਹ ਜਿਹੜਾ ਹੈਗਾ ਕੈਨੇਡਾ ਦਾ ਫਾਲ ਹੈਗਾ। US ਵਾਲੇ ਬੰਦੇ ਵੀ ਤੁਹਾਨੂੰ ਉੱਧਰ ਦਿਖਣਗੇ ਕਿਤੇ ਨਾ ਕਿਤੇ, ਮੈਂ ਜ਼ੂਮ ਕਰਕੇ ਦੇਖਦਾ ਜੇ ਦਿਖਦੇ ਆ, ਅਤੇ ਆਹ ਦੇਖੋ ਆਹ ਸਾਰੇ ਬੰਦੇ ਤੁਰੇ ਫਿਰਦੇ ਹੈ ਨਾ, ਇਹ US ਵਾਲੇ ਲਾਈਕ ਹੈਗੇ ਜਿਹੜੇ ਦੇਖਣ ਆਉਂਦੇ ਆ ਇੱਧਰ। ਅਤੇ ਨਾਲ ਇੱਕ ਫਾਲ ਹੈਗਾ ਉਹ ਪਰਲੀ ਸਾਈਡ, ਉਹ ਵੀ ਲੋਕ ਦੇਖਣ ਆਉਂਦੇ, ਉਹ ਥੋੜ੍ਹਾ ਜਿਹਾ ਛੋਟਾ, ਅਤੇ ਇਹ ਫਾਲ ਜਿਹੜਾ ਇਹ ਇੰਨਾ ਜ਼ਿਆਦਾ ਵੱਡਾ। ਇੱਕ ਆਹ ਤੁਸੀਂ ਦੇਖੀ ਹੋਣੀ ਆ, ਥੱਲੇ ਬੋਟ ਜਾਂਦੀ ਆ, ਇਹ ਪਿੰਕ ਕਲਰ ਦੇ ਅਤੇ ਬਲੂ ਕਲਰ ਦੇ ਹੁੰਦੇ ਆ, ਜੇ ਪਿੰਕ ਵਾਲੇ ਕੈਨੇਡਾ ਦੇ ਹੁੰਦੇ ਆ, ਜਿਹੜੇ ਬਲੂ ਵਾਲੇ ਜੇ ਬੋਟ ਆਵੇ ਉਹ ਸਮਝ ਲਓ ਕਿ ਤੁਸੀਂ US ਦੀ ਆ। ਉਹ ਉੱਧਰੋਂ ਤੁਰੀ ਆਉਂਦੀ ਆ ਇੱਕ, ਇਹ ਉਹ ਤਾਂ ਚੱਲਦੀ ਆ ਜਿੱਥੇ ਬੋਟ ਖੜ੍ਹੀ ਹੋਏਗੀ, ਇੱਕ ਆ ਰਹੀ ਇੱਥੇ ਇੱਥੋਂ ਚੱਲਦੀਆਂ, ਅਤੇ ਸਾਰੀਆਂ ਤੁਹਾਨੂੰ ਇੱਥੋਂ ਤੱਕ ਲੈ ਕੇ ਆਉਣਗੀਆਂ। ਜਮਾਂ ਕਈ ਵਾਰੀ ਉਹ ਤੱਕ ਵੀ ਲੈ ਜਾਂਦੀਆਂ, ਡਿਪੈਂਡ ਕਰਦਾ ਕਿ ਫਾਲ ਦਾ ਪ੍ਰੈਸ਼ਰ ਕਿੰਨਾ ਜਾਂ ਕੁਝ, ਹੌਲੀ 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 ਅੱਗੇ ਲੱਗੀ ਜਾਂਦੀ ਆ। ਅਤੇ ਪਿੰਕ ਪਿੰਕ ਜਿਹੜੇ ਇਹਨਾਂ ਨੂੰ ਪੁਆਏ, ਸਾਰਾ ਕਹਿ ਲਓ ਕਿ ਇੱਕ ਪ੍ਰਸ਼ਤੀਆਂ ਜੀ ਹੁੰਦੀਆਂ, ਇੱਕ ਤਰੀਕੇ ਨਾਲ ਬੰਦਾ ਭੇਜੇ ਨਾ, ਪਰ ਭੇਜ ਜਾਂਦਾ ਬਹੁਤ ਜ਼ਿਆਦਾ। ਸੋ ਇਹਦੀ ਟਿਕਟ ਵਗੈਰਾ ਜਿਹੜੀ ਆ ਉਹ ਸਾਰੀ ਤੁਹਾਨੂੰ ਉੱਧਰ ਹੀ ਮਿਲਣੀ, ਆਈ ਥਿੰਕ $30 ਸ਼ਾਇਦ ਇਹਦੀ, $35 ਟਿਕਟ ਹੁੰਦੀ ਆ। ਇਹ ਵੀ ਅਲੱਗ ਜਿਹਾ ਇੱਕ ਐਕਸਪੀਰੀਅੰਸ ਆ, ਹੋਰ ਵੀ ਕਾਫੀ ਜ਼ਿਆਦਾ ਐਕਸਪੀਰੀਅੰਸ ਕਰਨ ਨੂੰ ਹੈਗੇ। ਇੱਕ ਇੱਧਰ ਟਨਲ ਹੁੰਦੀ ਆ ਥੱਲੜੀ ਵਾਲੀ ਸਾਈਡ ਜਿੱਥੇ ਆ ਡਿੱਗਦਾ ਪਿਆ, ਉਹ ਵੀ ਆਪਾਂ ਦੇਖ ਸਕਦੇ ਹਾਂ ਜਾ ਕੇ, ਉਹਨੂੰ ਕਹਿੰਦੇ ਆ ਨਾਇਗਰਾ ਟਨਲ ਸ਼ਾਇਦ। ਹਾਂ, ਸੋ ਹੁਣ ਅਸੀਂ ਉੱਧਰ ਵਾਲੀ ਸਾਈਡ ਜਾਣਾ ਜਿੱਧਰ ਕਲਿਫਟਨ ਹਿੱਲ ਹੈਗਾ ਆ, ਜਿੱਥੇ ਇਹਨਾਂ ਦੀ ਮਾਰਕੀਟ ਵਗੈਰਾ ਸਾਰੀ, ਉੱਧਰ ਨੂੰ ਜਾ ਕੇ ਘੁੰਮਦੇ ਫਿਰਦੇ ਹਾਂ ਅਤੇ ਦੇਖਦੇ ਹਾਂ। ਬਾਕੀ ਨਜ਼ਾਰਾ ਬਾਬੇ ਬਹੁਤ ਘੈਂਟ ਆ। ਭਾਈ
ਭਾਈ ਆ ਬਿਲਡਿੰਗ ਦੇ ਵਿੱਚ ਅਲੱਗ ਅਲੱਗ ਤਰੀਕੇ ਦਾ ਸਿਸਟਮ ਹੈਗਾ ਜਿਵੇਂ ਮੰਨ ਲਓ ਇੱਥੇ ਫੂਡ ਵਗੈਰਾ ਮਿਲਦਾ ਆ ਹਨਾ ਜਾਂ ਲਗਾ ਲਓ ਇੱਥੇ ਟਿਕਟ ਵਗੈਰਾ ਮਿਲਦੀਆਂ ਜਰਨੀ ਬਿਹਾਇੰਡ ਦੀ ਫਾਲਸ ਦੀਆਂ ਟਨਲ ਦੀਆਂ ਇੱਕ ਉਹ ਪਰਾਂ ਵੀ ਸੈਕਸ਼ਨ ਹੈਗਾ ਉੱਥੇ ਵੀ ਟਿਕਟਾਂ ਵਗੈਰਾ ਮਿਲਦੀਆਂ ਸੋ ਇੱਥੇ ਵਧੀਆ ਬੈਠਣ ਨੂੰ ਫੂਡ ਵਗੈਰਾ ਦਾ ਵਾਸ਼ਰੂਮ ਵੀ ਹੈਗੇ ਇੱਥੇ ਸੋ ਕਿਸੇ ਨੇ ਭਾਈ ਜੇ ਵਾਸ਼ਰੂਮ ਵੀ ਆਉਣਾ ਉਹ ਵੀ ਆ ਸਕਦੇ ਹੋ ਔਰ ਸ਼ੋਪਿੰਗ ਸ਼ੂਪਿੰਗ ਨੂੰ ਵੀ ਥੋੜ੍ਹਾ ਬਹੁਤ ਹੈਗਾ ਸੋ ਇਹ ਲਾਈਕ ਅੰਦਰ ਵੀ ਆਉਣਾ ਵਧੀਆ ਹੈਗਾ ਕਰਾਊਡ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਹੁਣ ਆਪਾਂ ਚੱਲੇ ਹਾਂ ਜੀ ਕਲਿਫਟਨ ਹਿੱਲ ਉੱਧਰ ਜਾ ਕੇ ਦੇਖਦੇ ਕੀ ਸਿਸਟਮ ਆ ਆ ਪਹੁੰਚ ਗਏ ਜੀ ਪਾਰਕਿੰਗ ਦੇ ਵਿੱਚ ਕਲਿਫਟਨ ਹਿੱਲ ਦੀ ਅਤੇ ਆਹ ਇੱਥੇ ਗੰਡੋਲਾ ਹੈਗਾ ਭਾਈ ਇਹ ਇੰਨੀ ਕੁ ਸਪੀਡ 'ਤੇ ਚੱਲਦਾ ਜਿੰਨੀ ਕੁ ਤੁਹਾਨੂੰ ਦੇਖ ਰਿਹਾ ਇਹ ਨਾ ਸੋਚੋ ਕਿ ਇਸ ਤੋਂ ਤੇਜ਼ ਚੱਲਦਾ ਆ ਅਤੇ ਇੱਧਰ ਕਸੀਨੋ ਹੈਗਾ ਨਾਲ ਇੱਥੇ ਆ ਡਾਇਨਾਸੋਰ ਦਾ ਛੋਟਾ ਜਿਹਾ ਗੋਲਫ ਗਰਾਊਂਡ ਹੈਗਾ ਇੱਧਰ ਵਾਲੀ ਸਾਈਡ ਸਪੀਡਵੇ ਆ ਛੋਟੀਆਂ ਛੋਟੀਆਂ ਕਾਰਾਂ ਆਈਆਂ ਭਾਈ ਦੀਆਂ ਤੁਹਾਨੂੰ ਨੇੜਿਓ ਜਾ ਕੇ ਮੈਂ ਦਿਖਾਉਣਾ ਹੋਰ ਇੱਥੇ ਬੋਲਿੰਗ ਨੂੰ ਹੈਗਾ ਖਾਣ ਪੀਣ ਨੂੰ ਮਾਰਕੀਟ ਬੜੀ ਸੋਹਣੀ ਆ ਅਤੇ ਘੈਂਟ ਆ ਕੰਮ ਘੁੰਮਣ ਫਿਰਨ ਵਾਲਾ ਅਤੇ ਇੱਧਰੋਂ ਅਸੀਂ ਜਾਵਾਂਗੇ ਹੁਣ ਇੱਧਰੋਂ ਪਰਲੀ ਸਾਈਡ 'ਤੇ ਜ਼ਿਪ ਲਾਈਨ ਇੱਕ ਹੈਗੀ ਆ ਜ਼ਿਪ ਲਾਈਨ ਦੇਖਦੇ ਹਾਂ ਅਤੇ ਡੈਡੀ ਹੁਣੀ ਕਹਿੰਦੇ ਸੀ ਉਹ ਥੱਲੇ ਜਿਹੜੀ ਬੀੜੀ ਜੀ ਜਾਂਦੀ ਉੱਥੇ ਲੈ ਕੇ ਚੱਲੀਏ ਅਤੇ ਉੱਥੇ ਹੁਣ ਦੇਖਦੇ ਹਾਂ ਜੇ ਟਿਕਟ ਮਿਲਦੀ ਆ ਅਤੇ ਉੱਧਰ ਵੀ ਚੱਲਦੇ ਹਾਂ ਸੋ ਆਹ ਜਿਹੜਾ ਭਾਈ ਸਕਾਈ ਵੀਲ ਆ ਇਹਨਾਂ ਦਾ ਬੂਥ ਇੱਥੇ ਹੀ ਲੱਗਾ ਹੋਇਆ ਅਤੇ ਇਹਦੀ ਜਿਹੜੀ ਟਿਕਟ ਹੈਗੀ ਆ ਉਹ ਹੈਗੀ ਆ $15 ਅਡਲਟ ਦੇ ਲਈ ਅਤੇ ਚਾਈਲਡ ਦੀ ਹੈਗੀ ਆ ਸਿਰਫ $7 ਅਤੇ ਨਾਲ ਇੱਥੇ ਤੁਸੀਂ ਦੇਖੋ ਇੱਕ ਪਾਸ ਬਣਿਆ ਹੋਇਆ ਕਿ ਫੁੱਲ ਪਾਸ ਆ ਜਿਹੜਾ $30 ਦਾ ਉਹਦੇ ਵਿੱਚ 6 ਅਟਰੈਕਸ਼ਨ ਅਲੱਗ ਅਲੱਗ ਹੁੰਦੀਆਂ ਜਿਵੇਂ ਇਹ ਹੋ ਗਿਆ ਆ ਡਾਇਨਾਸੋਰ ਵਾਲਾ ਜਿਹੜਾ ਤੁਹਾਨੂੰ ਦੱਸਿਆ ਸੀ ਇਹ ਹੋ ਗਿਆ ਇੱਧਰ ਸਪੀਡਵੇ ਜਿਹੜਾ ਹੈਗਾ ਇਹ ਵੀ ਹੋ ਗਿਆ ਇੱਦਾਂ ਦੀਆਂ ਜਿਹੜੀਆਂ 6 ਅਟਰੈਕਸ਼ਨ ਇਹਨਾਂ ਨੇ ਉੱਥੇ ਲਿਖੀਆਂ ਹੋਈਆਂ ਗੋਸਟ ਬਲਾਸਟਰ ਡਾਰਕ ਰਾਈਡ ਕੌਸਮਿਕ ਕੋਸਟਰ ਵਿਜ਼ਾਰਡ ਗੋਲਫ ਹੈ ਨਾ ਇੱਦਾਂ ਕਰਕੇ ਇਹ ਸਾਰੀਆਂ 6 ਸਿਰਫ ਮਿਲਦੀਆਂ ਪਈਆਂ $35 'ਚ ਸੋ ਜੇ ਕਿਸੇ ਨੇ ਪਾਸ ਵਗੈਰਾ ਲੈਣਾ ਤੁਸੀਂ ਇੱਥੋਂ ਲਿਖ ਲੈ ਸਕਦੇ ਹੋ ਵਧੀਆ ਲਾਈਕ ਫਨ ਐਕਟੀਵਿਟੀ ਆ ਖਾਸ ਕਰਕੇ ਜਿਹੜਾ ਗੋਲਫ ਵਾਲਾ ਬੱਚਿਆਂ ਬੱਚਿਆਂ ਨਾਲ ਤੇ ਆ ਵੀ ਵਧੀਆ ਚੀਜ਼ ਆ ਸੋ ਖਾਣਾ ਅਸੀਂ ਖਾ ਲਿਆ ਜੀ ਅਤੇ ਖਾਣੇ ਵਿੱਚ ਮੰਗਵਾਏ ਸੀ ਅਸੀਂ ਦਾਲ ਨਾਲ ਮੰਗਵਾਏ ਸੀ ਕੋਫਤੇ ਉਹ ਤਾਂ ਬੜੇ ਸਵਾਦ ਸੀ ਪਰ ਜਿਹੜੀਆਂ ਨਾ ਰੋਟੀਆਂ ਸੀ ਤੰਦੂਰੀ ਉਹ ਥੋੜ੍ਹੀਆਂ ਚੀੜੀਆਂ ਸੀ ਚਲੋ ਜਿਵੇਂ ਤਿਵੇਂ ਕਰਕੇ ਖਾ ਕੇ ਅਤੇ ਹੁਣ ਚੱਲੇ ਹਾਂ ਅਸੀਂ ਇੱਧਰ ਜਿਹੜੀ ਬੋਟ ਲੈ ਕੇ ਜਾਂਦੀ ਆ ਥੱਲੇ ਫਾਲ ਵੱਲ ਉੱਧਰ ਅਤੇ ਨਾਲ ਜ਼ਿਪ ਲਾਈਨ ਵੀ ਲਾਈਕ ਦੇਖਦੇ ਹਾਂ ਟਾਈਮ ਸਾਡੇ ਕੋਲ ਰਹਿ ਗਿਆ ਘੱਟ ਅਤੇ ਬਾਅਦ ਵਿੱਚ ਇੱਧਰ ਆਉਂਦੇ ਹਾਂ ਕਲਿਫਟਨ ਹਿੱਲ ਮਾਰਕੀਟ ਇੱਥੇ ਜੇ ਕੁਝ ਕਰਨਾ ਹੋਇਆ ਆਈਸਕ੍ਰੀਮ ਵਗੈਰਾ ਖਾਣੀ ਹੋਈ ਜਾਂ ਕੁਝ ਉਹ ਦੇਖ ਲਾਂਗੇ ਅਤੇ ਹੁਣ ਫਿਲਹਾਲ ਅਸੀਂ ਫਾਲ ਦੇ ਉੱਧਰ ਚੱਲੇ ਹਾਂ ਜਿੱਥੇ ਫਾਲ ਦੇ ਥੱਲੇ ਲੈ ਕੇ ਚੱਲਦੇ ਹਾਂ ਉੱਧਰ ਜਾ ਕੇ ਦੇਖਦੇ ਹਾਂ ਕਿੰਨੀ ਕੁ ਭੀੜ ਹੈਗੀ ਹੈ ਕੀ ਸਿਸਟਮ ਇਹਨਾਂ ਨੇ ਆ ਬੂਥ ਜਾਂ ਤਾਂ ਬੰਦ ਕੀਤਾ ਹੋਇਆ ਕਹਿੰਦੇ ਵੀ ਔਨਲਾਈਨ ਟਿਕਟ ਸੀ ਸਾਰੀਆਂ ਬਾਏ ਕਰ ਲਓ ਸੋ ਆ ਕਰਨ ਅਤੇ ਰਾਜਾ ਇੱਥੇ ਲੱਗੇ ਆ ਔਨਲਾਈਨ ਟਿਕਟ ਬਾਏ ਕਰਨ ਅਤੇ ਇੱਧਰ ਇਹ ਹੈਗੀ ਆ ਜਿਹੜੀ ਬੋਟ ਜਾਂਦੀ ਆ ਥੱਲੇ ਉਹ ਉੱਥੇ ਹੈਗੀ ਆ ਜਿਹੜਾ ਜ਼ਿਪ ਲਾਈਨ ਵਾਲਾ ਸਿਸਟਮ ਆ ਲਾਈਕ ਉੱਥੇ ਵੀ ਆਪਾਂ ਤੁਰ ਕੇ ਜਾ ਸਕਦੇ ਹਾਂ ਅਤੇ ਉੱਧਰੋਂ ਹੀ ਤੁਸੀਂ ਦੇਖਿਓ ਸ਼ਾਇਦ ਦਿਖੇ ਕੋਈ ਜੇ ਆਇਆ ਤਾਂ ਅਤੇ ਉਹ ਜ਼ਿਪ ਲਾਈਨ ਮਤਲਬ ਉੱਧਰੋਂ ਸਾਰੇ ਉਹ ਫਾਲ ਦੇ ਉੱਧਰ ਵਾਲੀ ਸਾਈਡ ਲੈ ਕੇ ਜਾਂਦੇ ਉਹ ਵੀ ਬੜਾ ਵਧੀਆ ਸਿਸਟਮ ਆ ਜੇ ਕਿਸੇ ਨੇ ਕਰਨੀ ਭਾਈ ਉਹ ਵੀ ਕਰ ਸਕਦਾ ਉਹਦਾ ਜਿਹੜਾ ਬੂਥ ਆ ਉੱਧਰ ਹੀ ਲੱਗਾ ਹੁੰਦਾ ਨਾਲ ਹੀ ਉੱਥੋਂ ਹੀ ਆਪਾਂ ਟਿਕਟ ਲੈ ਸਕਦੇ ਹਾਂ ਅਤੇ ਔਨਲਾਈਨ ਵੀ ਬਾਏ ਕਰ ਸਕਦੇ ਹਾਂ ਸੋ ਲੱਗ ਗਿਆ ਭਾਈ ਲਾਈਨ ਦੇ ਵਿੱਚ ਕਰੂਜ਼ ਵਾਲੀ ਅਤੇ ਆ ਉਹਨਾਂ ਨੇ ਸਟਿੱਕਰ ਲਾ ਤੇ ਕਹਿੰਦੇ ਇਹ ਸਟਿੱਕਰ ਆ ਜਿਹੜੇ ਇਹ ਤੁਹਾਡੇ ਉੱਪਰ ਆਉਣ ਵਾਸਤੇ ਆ ਕਰਨ ਦੇ ਵੀ ਆ ਦੇਖੋ ਲੱਗੇ ਇਹ ਸਟਿੱਕਰ ਤੁਸੀਂ ਥੱਲੇ ਆ ਕੇ ਦਿਖਾਉਣਾ ਜਦੋਂ ਉੱਪਰ ਆਓਗੇ ਕਿ ਭਾਈ ਆ ਸਾਡੇ ਸਟਿੱਕਰ ਲੱਗਾ ਸਾਨੂੰ ਇੱਧਰ ਦੀ ਚੜਾਓ ਦੇ ਭਾਈ ਕਹਿੰਦਾ ਇੱਧਰ ਵਿਊ ਜ਼ਿਆਦਾ ਵਧੀਆ ਹੁੰਦਾ ਸੋ ਇੱਧਰ ਦੀ ਆਇਓ ਐਲੀਵੇਟਰ ਥਾਣੀ ਨਾ ਆਇਓ ਸੋ ਇੱਥੇ ਨਾ ਜਿਹੜੀ ਆ ਲਿਫਟ ਆ ਸੋ ਲਿਫਟ ਤੋਂ ਭਾਈ ਬੜਾ ਘੈਂਟ ਵਿਊ ਦਿਖਦਾ ਹੁੰਦਾ ਇੱਕ ਥੱਲੋਂ ਉੱਪਰ ਨੂੰ ਜਾਂਦੀ ਹੈ ਕੁੱਤੋਂ ਥੱਲੇ ਨੂੰ ਆਉਂਦੀ ਹੈ ਆਟੋਮੈਟਿਕ ਚੱਲਦੀਆਂ ਹੈ ਨਾ ਬਹੁਤ ਜ਼ਿਆਦਾ ਵਧੀਆ ਹੁੰਦਾ ਇੱਥੇ ਜਿਹੜਾ ਵਿਊ ਸੀ ਅਤੇ ਬਾਅਦ ਵਿੱਚ ਅਸੀਂ ਲਿਫਟ ਦੇ ਜਦੋਂ ਅੰਦਰੋਂ ਨਿਕਲ ਕੇ ਇੱਥੇ ਇੱਕ ਸਿਸਟਮ ਜਾਂਦਾ ਜਿੱਥੇ ਫੋਟੋਆਂ ਕਰਦੇ ਆ ਫੋਟੋਆਂ ਵਾਲੇ ਦੇ ਵਿੱਚ ਬਾਅਦ ਵਿੱਚ ਤੁਹਾਨੂੰ ਇੱਕ ਫੋਟੋ ਬਣਾ ਕੇ ਦਿੰਦੇ ਤੁਹਾਡੀ ਸਾਰਿਆਂ ਦੀ ਜਿਹਦੇ ਪਿੱਛੇ ਨਾਇਗਰਾ ਫਾਲ ਬਣਿਆ ਹੁੰਦਾ $50 ਦੀ ਉਹ ਦਿੰਦੇ ਅਤੇ ਨਾਲ ਟਿਕਟ ਦੇ ਦਿੰਦੇ ਕਿ ਬਾਅਦ 'ਚ ਤੁਸੀਂ ਯੂਜ਼ ਕਰ ਲਿਓ ਇੱਥੇ ਖਾਣ ਪੀਣ ਨੂੰ ਵੀ ਬੜਾ ਹੀ ਕੁਝ ਬਣਿਆ ਹੋਇਆ ਸੀ ਖਾਣ ਪੀਣ ਵਾਲਾ ਜੇ ਤੁਸੀਂ ਪਹਿਲਾਂ ਬਹਿਣਾ ਬਹਿ ਸਕਦੇ ਹੋ ਕਈ ਲੋਕ ਆ ਕੇ ਖਾਂਦੇ ਪੀਂਦੇ ਆ ਅਤੇ ਆਹ ਜਿਹੜੀਆਂ ਪਰਛੱਤੀਆਂ ਜੀਆਂ ਦਿੰਦੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰੇਨਕੋਟ ਉਹ ਦੇ ਕੇ ਇਹਨਾਂ ਨੇ ਭਾਈ ਸਾਰਿਆਂ ਨੂੰ ਰੰਗ ਬਿਰੰਗੇ ਬਣਾਤਾ ਮਤਲਬ ਪਿੰਕ ਬਣਾਤਾ ਸਾਰਿਆਂ ਨੂੰ ਅਤੇ ਇਹਨਾਂ ਵਿੱਚ ਨਾ ਗਰਮੀ ਜੀ ਲੱਗਦੀ ਹੁੰਦੀ ਕਿਉਂਕਿ ਮੋਮ ਜਮਾ ਹੀ ਹੁੰਦਾ ਨਾ ਇਸ ਕਰਕੇ ਉਹ ਗਰਮੀ ਲੱਗਦੀ ਹੈ ਹੈ ਨਾ ਸੋ ਇੱਥੇ ਦੋ ਲਾਈਨਾਂ ਬਣਦੀਆਂ ਇੱਕ ਥੱਲੇ ਜਾਂਦੀ ਆ ਭਾਈ ਬੋਰਡ ਦੇ ਥੱਲੜੇ ਵਾਲੇ ਹਿੱਸੇ 'ਚ ਕੁੱਤੇ ਵਾਲੇ ਲੱਕੜੀ ਸਾਡਾ ਜਿਹੜਾ ਆਇਆ ਸੀ ਉੱਪਰ ਵਾਲੇ ਹਿੱਸੇ 'ਚ ਆਇਆ ਸੀ ਉੱਤੋਂ ਜ਼ਿਆਦਾ ਵਧੀਆ ਵਿਊ ਦਿਖਦਾ ਅਸੀਂ ਖੜ੍ਹ ਵੀ ਅੱਗੇ ਜਾ ਕੇ ਹੀ ਗਏ ਸੀ ਕਿ ਪਿੱਛੇ ਸਾਨੂੰ ਵਧੀਆ ਰਹਿ ਗਏ ਕਿ ਅੱਗੇ ਖੜ੍ਹ ਕੇ ਜ਼ਿਆਦਾ ਘੈਂਟ ਵਿਊ ਦਿਖਿਆ ਅੱਗੇ ਜਾ ਕੇ ਫਿਰ ਬੋਟ ਹੌਲੀ ਹੌਲੀ ਚੱਲਦੀ ਆ ਅਤੇ ਨਾਇਗਰਾ ਫਾਲ ਦੇ ਜਮਾਂ ਐਂਡ ਤੱਕ ਲੈ ਕੇ ਜਾਂਦੀ ਆ ਅਤੇ ਬੋਟ ਦਾ ਜਿਹੜਾ ਪਾਇਲਟ ਹੁੰਦਾ ਸਾਰਾ ਕੋਈ ਦੱਸਦਾ ਰਹਿੰਦਾ ਸ਼ਾਇਦ ਆਟੋਮੈਟਿਕ ਆਵਾਜ਼ ਹੁੰਦੀ ਹੈ ਕਿ ਇਹ ਜਿਹੜਾ ਫਾਲ ਆ ਭਾਈ ਇੱਥੇ ਇੰਨਾ ਪਾਣੀ ਡਿੱਗਦਾ ਇੰਨਾ ਕੀ ਉਹਨੂੰ ਕਹਿੰਦੇ ਆਹ ਟਾਈਮ 'ਚ ਇੱਦਾਂ ਬਣਿਆ ਸੀ ਇੱਦਾਂ ਇੱਦਾਂ ਬਲਾ 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 ਸਾਰਾ ਕੁਝ ਅਤੇ ਨੇੜਿਓਂ ਜਾ ਕੇ ਬੜਾ ਹੀ ਘੈਂਟ ਵਿਊ ਆ ਅਤੇ ਮੈਂ ਕਹਿੰਦਾ ਕਿ ਇੱਥੇ ਤੁਸੀਂ ਵਿਊ ਇੰਜੋਏ ਕਰੋ
ਆ ਸਾਰੇ ਜਿਹੜੇ ਹੈਗੇ ਆ ਯੂ ਐੱਸ ਵਾਲੇ ਜਿਹੜੇ ਬੰਦੇ ਆ ਉਹ ਉਹਨਾਂ ਦਾ ਫਾਲਸ ਜਮ੍ਹਾਂ ਨੇੜੇ ਮੈਂ ਇੱਦਾਂ ਇਸ ਤਰੀਕੇ ਨਾਲ ਦੇਖ ਸਕਦੇ ਆ। ਕਦੀ ਮੌਕਾ ਮਿਲਿਆ ਤਾਂ ਯੂ ਐੱਸ ਜਾ ਕੇ ਵੀ ਦੇਖਾਂਗੇ। ਅਤੇ ਇਹ ਫਾਲ ਦੇ ਜਮ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਜਮ੍ਹਾਂ ਨੇੜੇ ਲੈ ਕੇ ਆਉਂਦੀ ਆ, ਅਤੇ ਨੇੜੇ ਆ ਕੇ ਤਾਂ ਸਵਾਦ ਹੀ ਵੱਖਰਾ ਆ ਜਾਂਦਾ ਭਾਈ। ਮਤਲਬ ਜਮ੍ਹਾਂ ਯਾਰ ਐਂਡ ਗੱਲਬਾਤ ਛੱਲਾਂ ਹੀ ਵੱਜਦੀਆਂ, ਬੰਦਾ ਭਿੱਜ ਵੀ ਜਾਂਦਾ ਬਹੁਤ ਜ਼ਿਆਦਾ। ਇਸ ਕਰਕੇ ਇਹਨਾਂ ਨੇ ਰੇਨਕੋਟ ਦਿੱਤੇ ਹੁੰਦੇ ਕਿ ਬੰਦਾ ਬਾਜੇ। ਅਤੇ ਕਈ ਵਾਰੀ ਤਾਂ ਐਂ ਵੀ ਹੋਇਆ ਸੀ ਕਿ ਮੈਨੂੰ ਕੋਈ ਦੇਖ ਵੀ ਨਹੀਂ ਸੀ ਰਿਹਾ, ਇੰਨਾ ਇੰਨੀ ਜ਼ਿਆਦੀ ਉਹ ਪੈਂਦੀ ਸੀ ਕਿ ਉਹਨੂੰ ਕਹਿੰਦੇ ਆ ਭੂਰ ਜੀ। ਅਤੇ ਪਰ ਵਧੀਆ ਸੀ ਐਕਸਪੀਰੀਅੰਸ। ਅਤੇ ਮੰਮੀ ਤਾਂ ਇੱਥੇ ਬਸ ਲੁਕਦੇ ਹੀ ਰਹੇ, ਮੰਮੀ ਨੇ ਹੋਰ ਕੋਈ ਨਹੀਂ, ਤਾਂ ਜਦੋਂ ਨੇੜੇ ਜਮ੍ਹਾਂ ਨੇੜੇ ਚੱਲ ਜਾਂਦੇ ਨੇ ਉਦੋਂ ਨਹੀਂ ਪੈਂਦੀ, ਕਿਉਂਕਿ ਉਦੋਂ ਇਹ ਹੁੰਦਾ ਪਾਣੀ ਜਿਹੜਾ ਥੱਲੋਂ ਉੱਠਦਾ ਨਾ ਉੱਤੇ ਚੱਲ ਜਾਂਦਾ। ਇਸ ਕਰਕੇ ਜਦੋਂ ਜਮ੍ਹਾਂ ਨੇੜੇ ਜਾਂਦੇ ਉੱਥੋਂ ਬੜਾ ਹੀ ਜ਼ਿਆਦਾ ਵਿਊ ਘੈਂਟ ਹੁੰਦਾ ਆ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਨਜ਼ਾਰਾ ਆ ਰਿਹਾ ਹੋਊਗਾ, ਸਾਨੂੰ ਤਾਂ ਭਾਈ ਇੱਥੇ ਬਹੁਤ ਜ਼ਿਆਦਾ ਆਇਆ। ਹਾਂਜੀ ਕਿਵੇਂ ਸੀ ਆਲਾ ਸਿਸਟਮ ਜਾ? ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ। ਮੀਂਹ ਜਾਂ ਪੈਂਦਾ ਜਦੋਂ ਉਦੋਂ ਉਹ ਤਾਂ ਬਹੁਤ ਨਜ਼ਾਰਾ ਆਉਂਦਾ ਸੀ ਦੇਖਣ ਦਾ, ਜਿਵੇਂ ਆਪਣੇ ਪੰਜਾਬ ਦੇ ਵਿੱਚ ਧੁੰਦ ਦੇ ਵਿੱਚ ਨਹੀਂ ਜਾਈਦਾ। ਹਾਂ ਧੁੰਦ ਦੀ ਤਰ੍ਹਾਂ ਬਹੁਤ ਵਧੀਆ ਨਜ਼ਾਰਾ ਆ, ਮਿੱਠੀ ਮਿੱਠੀ ਗਰਮੀ ਜਿਹੜੀ ਸੀ ਬੜੀ ਰਾਹਤ ਮਿਲੀ ਕਰਨਾ। ਚਲੋ ਆ ਜਾਓ ਹੁਣ ਆਪਾਂ ਚੱਲਦੇ ਹਾਂ ਇੱਧਰ ਜ਼ਿਪ ਲਾਈਨ ਵਾਲੀ ਸਾਈਡ, ਇੱਧਰ ਦੇਖਦੇ ਹਾਂ ਕੀ ਸਿਸਟਮ ਆ। ਚਲੋ ਵੀ ਮਿੱਤਰੋ ਹੁਣ ਅਸੀਂ ਪਾਰਕਿੰਗ 'ਚ ਫਿਰ ਤੋਂ ਆ ਗਏ ਹਾਂ, ਅਤੇ ਬਹੁਤ ਵਧੀਆ ਦਿਨ ਸੀ, ਸ਼ਾਮ ਜੀ ਵੀ ਹੋ ਗਈ, ਅਤੇ ਸੋਚਿਆ ਕਿ ਹੁਣ ਘਰ ਚੱਲੀਏ। ਬਾਕੀ ਨਾਇਗਰਾ ਜਿੰਨਾ ਕੁਝ ਘੁੰਮਣ ਨੂੰ ਹੈਗਾ ਇੱਥੇ ਤਾਂ ਭਾਵੇਂ 2 ਦਿਨ 3 ਦਿਨ ਘੁੰਮਦੇ ਰਹੋ, ਇਹ ਮੁੱਕਦਾ ਹੀ ਨਹੀਂ। ਫਿਰ ਹੁਣ ਆਵਾਂਗੇ ਕਦੀ, ਉਮੀਦ ਕਰਦਾ ਕਿ ਤੁਹਾਨੂੰ ਵੀ ਵਧੀਆ ਲੱਗਿਆ ਹੋਏਗਾ ਅਤੇ ਘਰਦਿਆਂ ਨੇ ਤਾਂ ਇੰਜੋਏ ਕੀਤਾ ਹੀ ਕੀਤਾ ਆ। ਅਤੇ ਮਿਲਦੇ ਹਾਂ ਜੀ ਕਿਸੇ ਹੋਰ ਵਲੋਗ ਦੇ ਵਿੱਚ। ਸਤਿ ਸ਼੍ਰੀ ਅਕਾਲ।